सीखने से हमें इतना ज्ञान नहीं मिलता जितना वक्त हमें सिखा देता है। वक्त ही सबसे बड़ा गुरु है जो हमें हर सवाल का जवाब देता है। वाह जी वाह, ये कितों सिख लिया तुसी इन्नी वधिया गल्लां बई रूबल। असि तो सिखते रहने आ। तुसी तो बहुत सियाने हो गए। सही कहा, स्कूल विच सिखवांदे होणे आ टीचर। खराब हो जाता है, मतलब चादरा दा ओह हो जाता है, बिखरिया हुई हुंदियां ने, मैसी हुंदा है कमरा, जिदा कि हुण तुसी देख ही रहे हो। हाँ जी, चादर फिर असी भी मम्मा जी नाल सेट करवांदे आ। कई बारी मम्मा जी ओ कर दिंदे ने क्योंकि साडी क्लासां लगी हुंदियां ने। चलो कोई नहीं, बच्चे नहीं करनगे तो होर कौन करूगा, कौन बिखेरेगा कमरे को। हाँ जी, है ना। हाँ जी, बच्चे शरारतां करदे भी वधिया लगदे आ, फिर घर च रौनक जी लगी रहिंदी है। वैसे पर इह ज्यादा भी नहीं करनी शरारत। हाँ जी, कई बार जब असि आह सेट कर रहे होंगे है ना। हाँ जी, ओ तो बिच नू तो खराब हो जाती है। ओके, कई बार असि सेट कर रहे होंगे और तुसी इतनी टेंशन ना ले करो, फिर कुछ जो असि पढ़ा रहे होंगे वो खराब हो जाता है, खुल जाता पूरा। अच्छा जी, फिर तुसी छोटे है ना, छोटे छोटे तो हाथ है थोड़े, छोटे छोटे प्यारे प्यारे जी। इथे मैं एदा ताम बना रहा सी क्योंकि ਮੈਨੂੰ ਕਹਿ ਰਹੀ ਸੀਗੀ ਵੀ ਆਹ ਕੀ ਦੇਖ ਰਿਹਾ ਮੋਬਾਈਲ ਚ, ਰੁਬਲ ਰੁਬਲ ਛੇੜਦਾ ਰਹਿੰਦਾ। ਹਾਂਜੀ ਹਾਂਜੀ, ਓਕੇ। ਔਰ ਮੈਨੂੰ ਪਸੰਦ ਨੇ, ਮੈਨੂੰ ਡੌਗੀ, ਮੈਨੂੰ ਉਹ ਬਹੁਤ ਵਧੀਆ ਲੱਗਦੇ ਨੇ। ਕਈ ਵਾਰ ਉਹ ਵੀਡੀਓਸ ਚ ਜੈਪਨੀਸ ਜਿਹੜੇ ਜਾਪਾਨ ਵਿੱਚ ਹੁੰਦੇ ਨੇ ਉਹਨਾਂ ਨੇ ਪਾਏ ਹੋਏ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਣੀ ਵੀਡੀਓ ਸੁਬਹ ਤੋਂ ਸ਼ੁਰੂ ਹੋ ਰਹੀ ਹੈ। ਬੱਚੇ ਵੀ ਉੱਠ ਗਏ ਸੀਗੇ, ਹਜੇ ਬੈੱਡਰੂਮ ਦੀ ਸੈਟਿੰਗ ਕਰਨੀ ਸੀਗੀ ਅਤੇ ਮੈਂ ਬੈੱਡਰੂਮ 'ਚ ਆਈ ਸੀਗੀ ਬੱਚਿਆਂ ਨੂੰ ਉਠਾਉਣ ਵਾਸਤੇ। ਇੱਧਰ ਆਪਣੇ ਚਿੜੀਆਂ ਬੈਠੀਆਂ ਨੇ, ਪਿਆਰੀਆਂ ਪਿਆਰੀਆਂ ਕਿਊਟ ਜੀਆਂ, ਕਿੰਨੇ ਮਾਸੂਮ ਹੁੰਦੇ ਨੇ ਪੰਛੀ। ਅਤੇ ਵਿੰਟਰ ਦਾ ਮੌਸਮ ਵੀ ਸ਼ੁਰੂ ਹੋ ਗਿਆ। ਵਿੰਟਰ ਦਾ ਮੌਸਮ ਸ਼ੁਰੂ ਹੋਣ ਕਰਕੇ ਹੁਣ ਇਹ ਨੈਸਟ ਬਣਾਉਣਗੇ, ਆਪਣੇ ਘਰ ਬਣਾਉਣਗੇ ਆਲ੍ਹਣੇ, ਠੰਡ ਤੋਂ ਬਚਣ ਵਾਸਤੇ। ਪੰਛੀਆਂ ਨੂੰ ਵੀ ਕਿੰਨੀ ਫਿਕਰ ਹੁੰਦੀ ਆਪਣਾ ਘਰ ਬਣਾਉਣ ਦੀ, ਅਤੇ ਆਪਾਂ ਤਾਂ ਚਲੋ ਫਿਰ ਇਨਸਾਨ ਹੈ, ਬਹੁਤ ਸ਼ੋਰ ਮਚਾਉਂਦੇ ਨੇ ਕਈ ਵਾਰੀ। ਇੱਧਰ ਪੌੜੀ ਆ ਸਾਡੇ ਇਸ ਸਾਈਡ ਜਿੱਥੇ ਪੰਛੀ ਬੈਠੇ ਨੇ, ਇੱਥੇ ਛੱਤ ਆ ਜਾਂਦੀ ਆ ਪੌੜੀ ਦੀ, ਰੂਫ ਹੋਣ ਕਰਕੇ ਠੰਡ ਘੱਟ ਲੱਗਦੀ ਹੈ। ਇੱਥੇ ਇਹ ਆਪਣਾ ਟਿਕਾਣਾ ਲੱਭਦੇ ਨੇ ਕਿ ਇਹ ਸਾਰਾ ਦਿਨ ਇੱਥੇ ਡੱਬੇ ਵਗੈਰਾ ਕੁਝ ਇੱਦਾਂ ਦੀਆਂ ਚੀਜ਼ਾਂ ਅਸੀਂ ਰੱਖੀਆਂ ਹੋਈਆਂ ਫਾਲਤੂ, ਬਹੁਤ ਆਵਾਜ਼ ਆਉਂਦੀ ਆ, ਡਿੱਗ ਜਾਂਦੇ ਨੇ ਜਦੋਂ ਪੰਛੀ ਟਰਾਈ ਕਰਦੇ ਰਹਿੰਦੇ ਨੇ ਉੱਥੇ ਵੀ, ਇੱਥੇ ਆਲ੍ਹਣਾ ਬਣਾਉਣਾ, ਜਗ੍ਹਾ ਦੇਖਦੇ ਰਹਿੰਦੇ ਨੇ। ਕਿੰਨੀ ਸਮਝ ਹੁੰਦੀ ਆ ਪੰਛੀਆਂ ਨੂੰ ਵੀ, ਅਤੇ ਕਾਫੀ ਵਧੀਆ ਲੱਗਦਾ, ਬਹੁਤ ਪਿਆਰੇ ਲੱਗਦੇ ਨੇ। ਚੀਂ ਚੀਂ ਕਰਦੇ ਰਹਿੰਦੇ ਨੇ ਪੰਛੀ ਲਾਗੇ, ਅਤੇ ਚੂਹੇ ਵੀ ਬਹੁਤ ਆਉਂਦੇ ਨੇ। ਮੋਟਰਸਾਈਕਲ ਦਾ ਡੀਪਰ ਹੈ ਜਿਹੜਾ, ਉਹਦੇ ਨਾਲ ਵੱਜਦਾ ਰਹਿੰਦਾ ਹੈ ਜਦੋਂ ਸ਼ੋਰ ਮਚਾਉਂਦੇ ਆ ਚੂਹੇ ਰਾਤ ਨੂੰ। ਇਹ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਚਿੜੀਆਂ, ਕਿੰਨੀਆਂ ਕਿਊਟ ਨੇ, ਬਹੁਤ ਪਿਆਰੀਆਂ ਲੱਗਦੀਆਂ, ਬਹੁਤ ਰੌਲਾ ਪਾਉਂਦੀਆਂ ਨੇ ਇਹ। ਇਹ ਸਾਹਮਣੇ ਆ ਸਾਡੇ ਪੇੜ ਲੱਗਿਆ ਹੋਇਆ, ਸਪਾਟਿਕਾ ਦਾ ਪੇੜ ਹੈ ਇਹ। ਇੱਥੇ ਬਹੁਤ ਨੈਸਟ ਬਣਾਉਂਦੇ ਨੇ, ਬਹੁਤ ਵਧੀਆ ਵਧੀਆ ਆਲ੍ਹਣੇ ਬਣਾਉਂਦੇ ਨੇ ਪੰਛੀ ਇੱਥੇ। ਕਾਫੀ ਚਿੜੀਆਂ ਚੀਂ ਚੀਂ ਕਰਦੀਆਂ ਰਹਿੰਦੀਆਂ ਏ। ਅਤੇ ਹੁਣ ਮੈਂ ਲੱਗੀ ਹਾਂ ਬੱਚਿਆਂ ਨੂੰ ਖਾਣਾ ਦੇਣ, ਕਿਉਂਕਿ ਬੱਚਿਆਂ ਨੂੰ ਖਾਣਾ ਜਦੋਂ ਤੱਕ ਆਪਾਂ ਕਹਿੰਦੇ ਨਹੀਂ ਉਦੋਂ ਤੱਕ ਬੱਚੇ ਖਾਂਦੇ ਨਹੀਂ ਹੈਗੇ। ਇਹ ਕੱਪੜੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਕੱਪੜੇ ਲਿਆਂਦੇ ਸੀਗੇ ਬੱਚਿਆਂ ਨੂੰ ਵਿੰਟਰ ਦੇ, ਅਤੇ ਪੂਰਾ ਸੈੱਟ ਹੀ ਲੈ ਕੇ ਆਏ ਸੀਗੇ ਅਸੀਂ, ਕਿਉਂਕਿ ਜਦੋਂ ਇਕੱਲੇ ਇਕੱਲੇ ਆਪਾਂ ਲੈ ਕੇ ਆਉਂਦੇ ਹਾਂ ਤਾਂ ਕੁਝ ਇੰਨੀ ਜ਼ਰੂਰਤ ਵੀ ਨਹੀਂ ਸੀਗੀ। ਕਲੈਕਸ਼ਨ ਨਵਾਂ ਆਇਆ ਹੁੰਦਾ, ਚਲੋ ਇੱਦਾਂ ਹੋ ਜਾਂਦਾ ਕਿ ਬੱਚਿਆਂ ਨੂੰ ਵੀ ਲੈ ਕੇ ਆਈਏ ਕੱਪੜੇ ਨਵੇਂ। ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਇਸ ਸਾਲ ਫਿਰ ਛੋਟੇ ਵੀ ਹੋ ਜਾਂਦੇ ਆ, ਇਸ ਕਰਕੇ ਨਵੇਂ ਹੀ ਕੱਪੜੇ ਕੁਝ ਇਸ ਤਰ੍ਹਾਂ ਹੀ ਰੱਖਣੇ ਪੈਂਦੇ ਆ, ਚਲੋ ਕੁਝ ਦੇ ਦਿੰਦੇ ਆ ਕਿਸੇ ਨੂੰ। ਅਤੇ ਕਾਫੀ ਕੱਪੜੇ ਸੀਗੇ, ਪੂਰਾ ਲਗੇਜ ਭਰਿਆ ਹੋਇਆ ਬੱਚਿਆਂ ਦਾ ਵਿੰਟਰ ਵਾਲਾ, ਜਿਹੜਾ ਇਸ ਤਰ੍ਹਾਂ ਹੀ ਅੱਧੇ ਕੱਪੜੇ ਇਹਨਾਂ ਦੇ ਛੋਟੇ ਹੋ ਗਏ ਨੇ।
हूँ आप किचन दे विच आ गए। हेलो जी, सत श्री अकाल, वेलकम बैक टू माय चैनल। आज अपना वीडियो आ जड़ी वो शुरू हो रही है, 5:10 रह गए नहीं ते वीडियो अपनी स्टार्ट होगी, तुसी करो एंजॉय। ते आपां बनावांगे अज पूरियां मैं बेल लईयां ने, क्योंकि फेस्टिवल आ हुण, नवे नवे पकवान खाण नूं दिल करदा है, इस करके आपां कदे कदे बना सकते हैं, इस करके आपां पूरियां बनावांगे। पूरियां दी जिहड़ी कलैक्शन आ मैं फुल कर ली पहला, फिर हुण आपां फ्राई करांगे। हुण इधर देखो तुसी, इधर अपना जिहड़ा ऑयल है, ऑयल भी अपना गर्म हो गया, ते हुण आपां नाल दी नाल पूरियां पावांगे। पूरियां दी कुकिंग अपनी शुरू हो चुकी है। इस तरह अपा ने एक एक दो दो करके पूरियां तल लेनियां है। उस तो बाद फिर हुण आपा करांगे पनीर दी सब्जी बनावांगे, ते मसाला तैयार करदे आ उहदे वास्ते। मसाला फटाफट अपा ने रेडी कर लेना, इस तो बाद जल्दी जल्दी गर्मा गर्म पूरी गर्म, क्योंकि पनीर दी सब्जी नूं ज़्यादा टाइम तो लगता नहीं हैगा, पनीर दी सब्जी जल्दी बन जाती है। लो जी अपनी पूरी फुल गई, ते आपां इहनूं हुण कढ लेना है, ते दूसरी पूरी आपां पावांगे। किन्नी वधिया लग रही है देखो। ਪੂਰੀਆਂ ਆਪਣੀਆਂ ਬਣ ਗਈਆਂ, ਤੇ ਪਨੀਰ ਵੀ ਮੈਂ ਕੱਟ ਲਿਆ, ਤੇ ਇਹ ਵੀ ਆਪਣੇ ਰੱਖ ਲਿਆ, ਪਿਆਜ਼ ਟਮਾਟਰ ਬਲੈਂਡ ਕਰਕੇ, ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ, ਤੇ ਜਲਦੀ ਜਲਦੀ ਹੁਣ ਆਪਾਂ ਬਣਾਵਾਂਗੇ ਪਨੀਰ ਦੀ ਸਬਜ਼ੀ। ਤਰੀਕੇ ਨਾਲ ਆ ਜਾਓ ਫਿਰ ਬਣਾਈਏ ਆਪਾਂ। ਆਪਾਂ ਨੇ ਮਸਾਲੇ ਵੀ ਐਡ ਕਰ ਲਏ ਸਾਰੇ, ਤੇ ਹੁਣ ਮੈਂ ਪਾਵਾਂਗੀ ਪਨੀਰ, ਪਨੀਰ ਦੀ ਸਬਜ਼ੀ। ਮਸਾਲਾ ਤਿਆਰ ਹੋ ਗਿਆ ਆਪਣਾ, ਤੇ ਹੁਣ ਆਪਾਂ ਨੇ ਪਨੀਰ ਵੀ ਪਾ ਤਾ, ਪਨੀਰ ਨੂੰ ਫਰਾਈ ਕਰ ਲੈਣਾ ਚੰਗੀ ਤਰ੍ਹਾਂ, ਉਦੋਂ ਤੱਕ ਫਰਾਈ ਕਰ ਲੈਣਾ ਹੈ ਜਦੋਂ ਤੱਕ ਆਪਣਾ ਮਸਾਲਾ ਨਹੀਂ ਚਲੇ ਜਾਂਦਾ ਇਹਦੇ ਵਿੱਚ, ਅਬਜ਼ਰਵ ਨਹੀਂ ਕਰ ਲੈਂਦਾ ਮਸਾਲੇ ਨੂੰ, ਫਿਰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮਸਾਲੇ ਦੀ, ਸੋਰੀ ਪਨੀਰ ਦੀ ਸਬਜ਼ੀ। ਅਸੀਂ ਤਾਂ ਕਈ ਵਾਰੀ ਐਵੇਂ ਹੀ ਬਣਾਉਂਦੇ, ਕਈ ਤਰੀਕਿਆਂ ਨਾਲ ਬਣਾਉਂਦੇ ਹਾਂ ਪਨੀਰ ਦੀ ਸਬਜ਼ੀ, ਐਵੇਂ ਬਹੁਤ ਜਲਦੀ ਬਣ ਜਾਂਦੀ ਹੈ ਪਨੀਰ ਦੀ ਸਬਜ਼ੀ, ਅਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ। ਇੱਕ ਪਨੀਰ ਬਹੁਤ ਜ਼ਿਆਦਾ ਟਾਈਟ ਜਿਹਾ ਹੁੰਦਾ ਹੈ, ਪਲਾਸਟਿਕ ਜਿਹੀ ਵਰਗਾ ਬਹੁਤ ਜ਼ਿਆਦਾ, ਮਤਲਬ ਉਹਨੂੰ ਕੀਤਾ ਹੁੰਦਾ ਹੈ,
ਜਿਵੇਂ ਸਟੇਨ ਕੀਤਾ ਹੁੰਦਾ ਹੈ। ਇਹ ਵਾਲਾ ਪਨੀਰ ਹੈ ਜਿਹੜਾ, ਇਹ ਬਹੁਤ ਜ਼ਿਆਦਾ ਸਮੂਥ ਜਿਹਾ ਸੀਗਾ। ਇਸ ਤਰ੍ਹਾਂ ਦਾ ਪਨੀਰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ, ਜਿਹੜੀ ਐਵੇਂ ਦਾ ਪਨੀਰ ਹੁੰਦਾ ਹੈ। ਐਵੇਂ ਦਾ ਪਨੀਰ ਅਸੀਂ ਲਿਆਇਆ ਕਰਨਾ ਹੁਣ, ਉਹ ਪਨੀਰ ਦੀ ਸਬਜ਼ੀ ਸਾਨੂੰ ਇੰਨੀ ਵਧੀਆ ਨਹੀਂ ਲੱਗਦੀ ਹੈਗੀ। ਇਹ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ। ਇਹਦੇ ਪਰੌਂਠੇ ਵੀ ਬਹੁਤ ਟੇਸਟੀ ਲੱਗਦੇ ਆ, ਇਹ ਪਨੀਰ ਜਿਹੜਾ ਨਰਮ ਜਿਹਾ ਹੁੰਦਾ ਹੈ। ਲਓ ਜੀ, ਆਪਣਾ ਮਸਾਲਾ ਬਿਲਕੁਲ ਮਿਕਸ ਹੋ ਗਿਆ ਪਨੀਰ ਦੇ ਵਿੱਚ। ਗੁੱਡ ਲੁਕਿੰਗ ਸਬਜ਼ੀ, ਟੇਸਟੀ ਟੇਸਟੀ, ਦੇਖਣ ਨੂੰ ਵੀ ਸਬਜ਼ੀ ਵਧੀਆ ਲੱਗਣੀ ਚਾਹੀਦੀ ਆ, ਅਤੇ ਖਾਣ ਨੂੰ ਤਾਂ ਫਿਰ ਟੇਸਟੀ ਹੋਣੀ ਹੀ ਹੁੰਦੀ ਹੈ। ਲਓ ਜੀ, ਹੁਣ ਨੇੜੇ ਤੋਂ ਵੀ ਦੇਖ ਲਓ ਸਬਜ਼ੀ ਕਿੰਨੀ ਵਧੀਆ ਲੱਗਦੀ ਹੈ, ਗੁੱਡ ਲੁਕਿੰਗ, ਕਲਰ ਵੀ ਕਿੰਨਾ ਪਿਆਰਾ ਆਇਆ ਹੈ। ਪਨੀਰ ਨੂੰ ਆਪਣੇ ਨੂੰ ਦਮ ਆ ਗਿਆ, ਅਤੇ ਹੁਣ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਇਹਦੇ ਵਿੱਚ, ਗ੍ਰੇਵੀ ਵਾਲਾ ਬਣਾਉਣਾ ਆਪਾਂ ਨੇ। ਗਰਮ ਕਰਿਆ ਹੋਇਆ ਪਾਣੀ, ਪਾਣੀ ਗਰਮ ਕਰਕੇ ਆਪਾਂ ਨੇ ਪਾਉਣਾ ਹੈ। ਹੁਣ ਲਗਾ ਦਾਂਗੇ ਆਪਾਂ ਢੱਕਣ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਅਸੀਂ ਮਿਲਾਂਗੇ ਤੁਹਾਨੂੰ ਹੋਰ ਵੀਡੀਓ ਵਿੱਚ। ਓਕੇ, ਬਾਏ ਬਾਏ।